ਕਿ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ ਤੇ ਯੂਸਫੁਲ ਲੱਗ ਰਹੀਆਂ ਹੋਣਗੀਆਂ। ਜੇਕਰ ਇੱਦਾਂ ਤਾਂ ਪਲੀਜ਼ ਉਹਨਾਂ ਨੂੰ ਲਾਈਕ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਤੇ ਅੱਜ ਆਪਾਂ ਗੱਲ ਕਰਾਂਗੇ ਕੋਮੇ ਸੀ ਸਕ੍ਰੀਵੇ। ਕੋਮੇ ਸੀ ਸਕ੍ਰੀਵੇ ਦਾ ਮਤਲਬ ਹੈ ਕੋਮੇ ਮਤਲਬ ਕਿਵੇਂ, ਸੀ ਸਕ੍ਰੀਵੇ ਮਤਲਬ ਸਕ੍ਰੀਵਰ ਹੈ ਮਤਲਬ ਲਿਖਣਾ, ਕਿਵੇਂ ਲਿਖਦੇ ਆ ਜਾਂ ਫਿਰ ਕੀ ਸਪੈਲਿੰਗਸ ਨੇ ਕੋਮੇ ਸੀ ਸਕ੍ਰੀਵੇ। ਮਤਲਬ ਕਿ ਜਦੋਂ ਆਪਾਂ ਉਹਨੂੰ ਕੋਈ ਕੁਛ ਪੁੱਛਦਾ, ਆਪਾਂ ਕੋਈ ਵਰਡ ਦੱਸਦੇ ਆ, ਨਹੀਂ ਸਮਝ ਆਉਂਦਾ ਤਾਂ ਆਪਾਂ ਨੂੰ ਕਹਿੰਦੇ ਨੇ ਸਪੈਲਿੰਗ ਕਰਕੇ ਦੱਸਿਓ। ਮੀਨ ਯੂਜੂਅਲੀ ਆਪਣੇ ਨਾਲ ਹੁੰਦਾ ਆਪਣੇ ਨੇਮਸ ਨੇ ਜਿਹੜੇ ਆ ਸਰ ਨੇਮਸ ਨੇ ਉਹ ਡਿਫਰੈਂਟ ਨੇ, ਟਾਲੇ ਲੋਕਾਂ ਨੂੰ ਛੇਤੀ ਨਹੀਂ ਸਮਝ ਆਉਂਦੇ ਹੈਗੇ, ਤਾਂ ਆਪਾਂ ਨੂੰ ਨੋਰਮਲੀ ਕੁਛ ਕਹਿ ਦਿੰਦੇ ਨੇ ਕਿ ਮੈਨੂੰ ਸਪੈਲਿੰਗ ਕਰਕੇ ਦੱਸ ਦਿਓ ਕੋਮੇ ਸੀ ਸਕ੍ਰੀਵੇ, ਤਾਂ ਉੱਥੇ ਆਪਾਂ ਸਪੈਲਿੰਗ ਦੱਸਦੇ ਹਾਂ। ਜਦੋਂ ਆਪਾਂ ਪੰਜਾਬੀ 'ਚ ਜਾਂ ਇੰਗਲਿਸ਼ 'ਚ ਕਰਦੇ ਹਾਂ ਆਪਾਂ ਨੂੰ ਕੋਈ ਕਹਿੰਦਾ ਸਪੈਲਿੰਗ ਦੱਸੋ, ਆਪਾਂ ਕਹਿ ਦਿੰਦੇ ਹਾਂ NAVPREET ਨਵਪ੍ਰੀਤ, ਮੇਰੇ ਨੇਮ ਦੇ ਆ ਸਪੈਲਿੰਗ ਨੇ। ਬਟ ਇਟਾਲੀਅਨ ਦੇ ਵਿੱਚ ਕੀ ਹੈ ਕਿ ਇਹਨਾਂ ਨੇ ਹਰ ਇੱਕ ਨੇਮ ਦੇ ਅੱਗੇ ਹਰ ਇੱਕ ਲੈਟਰ ਦੇ ਅੱਗੇ ਇੱਕ ਸਿਟੀ ਨੂੰ ਐਸੋਸੀਏਟ ਕੀਤਾ ਹੋਇਆ। ਜਿਵੇਂ ਅਗਰ ਮੈਂ ਕਹਿਣਾ ਏ ਤਾਂ ਏ ਤੋਂ ਅੰਕੋਨਾ ਹੈ, ਠੀਕ ਹੈ, ਤਾਂ ਮੈਂ ਏ ਦੀ ਜਗ੍ਹਾ ਤੇ ਅੰਕੋਨਾ ਬੋਲੂੰਗੀ, ਠੀਕ ਹੈ। ਇਹ ਕਿਉਂ ਹੈ? ਕਿਉਂਕਿ ਯੂਜੂਅਲੀ ਇਹਨਾਂ ਨੂੰ ਅਲਫਾਬੇਟ ਤੋਂ ਟੈਲੀਫੋਨਿਕ ਵੀ ਕਿਹਾ ਜਾਂਦਾ ਹੈ, ਕਿਉਂਕਿ ਟੈਲੀਫੋਨ ਉੱਤੇ ਯਾਦ ਕੀ ਹੁੰਦਾ ਕਿ ਆਪਾਂ ਗੱਲ ਕਰ ਰਹੇ ਹੋਈਏ ਤਾਂ ਬਹੁਤ ਈਜ਼ੀ ਹੁੰਦਾ, ਜਿਵੇਂ ਬੀ ਦੀ ਜਗ੍ਹਾ ਤੇ ਡੀ ਸੁਣ ਲੈਣਾ, ਆਪਾਂ ਬੋਲਿਆ ਬੀ ਐਂਡ ਨੈਕਸਟ ਪਰਸਨ ਨੇ ਮੇਬੀ ਡੀ ਸੁਣ ਲਿਆ, ਜਾਂ ਫਿਰ ਪੀ ਤੇ ਟੀ ਇਹ ਵੀ ਬਹੁਤ ਸਿਮੀਲਰ ਨੇ, ਐਮ ਐਨ ਇਹ ਵੀ ਬਹੁਤ ਸਿਮੀਲਰ ਨੇ, ਤਾਂ ਇਹ ਕਨਫਿਊਜ਼ਨ ਨਾ ਹੋਵੇ ਇਸ ਕਰਕੇ ਇਟਾਲੀਅਨ ਲੈਂਗੁਏਜ ਦੇ ਵਿੱਚ ਇਹਨਾਂ ਨੇ ਹਰ ਇੱਕ ਲੈਟਰ ਦੇ ਨਾਲ ਇੱਕ ਸਿਟੀ ਨੂੰ ਐਸੋਸੀਏਟ ਕੀਤਾ ਹੋਇਆ, ਜੋੜਿਆ ਹੋਇਆ, ਤਾਂ ਕਿ ਇਸ ਲੈਟਰ ਦਾ ਮਤਲਬ ਕਿ ਆਹ ਸਿਟੀ ਅਗਰ ਆਪਾਂ ਬੋਲਾਂਗੇ ਮਤਲਬ ਕਿ ਆਹ ਲੈਟਰ ਹੈ, ਠੀਕ ਹੈ। ਆਪਾਂ ਉਹ ਲੈਟਰਸ ਦੇ ਦਿਆਂ ਤਾਂ ਕਿ ਅਗਰ ਆਪਾਂ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਹਾਂ, ਕਿਸੇ ਆਫਿਸ 'ਚ ਆਪਾਂ ਫੋਨ ਕੀਤਾ, ਆਪਾਂ ਉੱਥੇ ਆਪਣਾ ਨਾਮ ਲਿਖਵਾ ਰਹੇ ਹਾਂ ਤੇ ਉਹ ਕਹਿੰਦੇ ਆ ਸਾਨੂੰ ਸਪੈਲਿੰਗ ਕਰਕੇ ਦੱਸੋ, ਅਗਰ ਆਪਾਂ ਫਿਰ ਅੱਧੀ ਬੋਲਾਂਗੇ NAVPREET ਉਹਨਾਂ ਨੂੰ ਮੇਬੀ ਨਹੀਂ ਸਮਝ ਆਉਂਦਾ, ਉਹ ਕਹਿੰਦੇ ਨੇ ਤਾਂ ਆਪਾਂ ਨੂੰ ਅਗਰ ਆਪਾਂ ਬੋਲਾਂਗੇ ਸਿਟੀਜ਼ ਦੇ ਨੇ ਤਾਂ ਇਹ ਜ਼ਿਆਦਾ ਈਜ਼ੀ ਹੋ ਜਾਏਗਾ ਉਹਨਾਂ ਨੂੰ ਸਮਝਣਾ ਤੇ ਕਨਫਿਊਜ਼ਨ ਨਹੀਂ ਹੋਏਗੀ, ਕੁਛ ਵੀ ਗਲਤ ਨਹੀਂ ਲਿਖਿਆ ਜਾਏਗਾ। ਤਾਂ ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਲੈਟਰ ਨਾਲ ਕਿਹੜਾ ਕਿਹੜਾ ਕਿਹੜੀ ਕਿਹੜੀ ਸਿਟੀ ਨੂੰ ਐਸੋਸੀਏਟ ਕੀਤਾ ਗਿਆ। ਸਭ ਤੋਂ ਪਹਿਲਾਂ ਏ ਆ ਅੰਕੋਨਾ, ਆ ਅੰਕੋਨਾ, ਬੀ ਬੋਲੋਨੀਆ, ਬੀ ਬੋਲੋਨੀਆ, ਚੀ ਕੋਮੋ, ਚੀ ਕੋਮੋ, ਦੀ ਦੋਮੋਦੋਸੋਲਾ, ਦੀ ਦੋਮੋਦੋਸੋਲਾ, ਏ ਏਮਪੋਲੀ, ਏ ਏਮਪੋਲੀ, ਐਫ ਫਿਰੇਂਸੇ, ਐਫ ਫਿਰੇਂਸੇ, ਜੀ ਜੇਨੋਵਾ, ਜੀ ਜੇਨੋਵਾ, ਆਪਕਾ ਹੋਟਲ, ਹੋਟਲ ਵੀ ਕਹਿ ਸਕਦੇ ਹੋ, ਆਪਕਾ ਵੀ ਕਹਿ ਸਕਦੇ ਹੋ, ਕਿਉਂਕਿ ਆਪਕਾ ਇੱਕ ਸਿੰਗਲ ਵਰਡ ਸਿੰਗਲ ਲੈਟਰ ਹੈ ਜਿਹੜਾ ਆਪਕਾ ਬੋਲਿਆ ਜਾਂਦਾ, ਹੋਰ ਕੋਈ ਇਹਦੇ ਨਾਲ ਸਿਮੀਲਰ ਹੈ ਨਹੀਂ, ਤਾਂ ਆਪਕਾ ਵੀ ਚੱਲ ਜਾਏਗਾ ਨਹੀਂ ਤਾਂ ਹੋਟਲ। ਈ ਈਮੋਲਾ, ਈ ਈਮੋਲਾ, ਐਲ ਲਿਵੋਰਨੋ, ਐਲ ਲਿਵੋਰਨੋ, ਐਮ ਮਿਲਾਨੋ, ਐਮ ਮਿਲਾਨੋ, ਐਨ ਨਾਪੋਲੀ, ਐਨ ਨਾਪੋਲੀ, ਓ ਓਤਰਾਂਤੋ, ਓ ਓਤਰਾਂਤੋ, ਪੀ ਪਲਾਰਮੋ, ਪੀ ਪਲਾਰਮੋ, ਕੂ ਕੁਆਰਤੋ, ਕੂ ਕੁਆਰਤੋ, ਐਰ ਰੋਮਾ, ਐਰ ਰੋਮਾ, ਐਸ ਸਾਬੋਨਾ, ਐਸ ਸਾਬੋਨਾ, ਟੀ ਟੋਰੀਨੋ, ਟੀ ਟੋਰੀਨੋ, ਊ ਊਦੀਨੇ, ਊ ਊਦੀਨੇ। ਉਸ ਤੋਂ ਬਾਅਦ ਅੱਗੇ ਹੈ ਵੂ ਵੈਨੇਸੀਆ, ਵੂ ਵੈਨੇਸੀਆ, ਜ਼ੇਤਾ ਜ਼ਾਰਾ, ਜਾਂ ਫਿਰ ਜ਼ੇਤਾ, ਕਿਉਂਕਿ ਜ਼ੇਤਾ ਹੈ ਕਾਫੀ ਲੌਂਗ ਹੈ, ਜ਼ੇਤਾ ਇੱਕੋ ਹੀ ਯੂਨੀਕੋ ਹੈ ਜ਼ੇਤਾ, ਜਾਂ ਫਿਰ ਜ਼ਾਰਾ ਵੀ ਕਹਿ ਸਕਦੇ ਤੁਸੀਂ ਉਹਦੀ ਥਾਂ ਤੇ, ਠੀਕ ਹੈ।
ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ। ਚਾਓ ਅਰਵੀ ਦੇਵ ਜੀ।